ਮੇਨ ਗੱਲ ਹੈ ਪਾਵਰ ਪਰਚੇਸ ਐਗਰੀਮੈਂਟ ਦਾ ਰਿਵਿਊ ਹੋਣਾ। ਇਹ ਵੀ ਨਾ ਹੋਵੇ ਕਿ ਇਕੱਲਾ ਪ੍ਰਾਈਵੇਟ ਸੈਕਟਰੀ ਆ ਕੇ ਐਕਸਪਲੋਇਟ ਕਰਨ ਲੱਗ ਜੇ। ਉਹਦੇ ਕੋਈ ਰੈਗੂਲੇਟਰੀ ਕਮਿਸ਼ਨ ਹੋਣਾ ਚਾਹੀਦਾ ਕਿ ਰੈਗੂਲੇਟ ਕਰੇ ਉਹਨੂੰ। ਪਾਵਰ ਪਰਚੇਸ ਐਗਰੀਮੈਂਟ ਦੀ ਮੈਨੂੰ ਲੱਗਦਾ ਗੱਲ ਕਰਦੇ ਅਰਵਿੰਦ ਕੇਜਰੀਵਾਲ ਤਾਂ ਜ਼ਿਆਦਾ ਬਿਹਤਰ ਹੁੰਦਾ। ਕਿਉਂਕਿ ਪਾਵਰ ਪਰਚੇਸ ਐਗਰੀਮੈਂਟ ਦੇ ਨਾਲ ਪੂਰੀ ਗੇਮ ਬਦਲ ਜਾਏਗੀ। ਜੀ ਪਾਵਰ ਪਰਚੇਸ ਦਾ ਜਿਹੜਾ ਇਹ ਕਿਹੜਾ ਰੌਲਾ ਹੈ ਇਹ ਵੀ ਜ਼ਰੂਰ ਸਮਝਣਾ ਚਾਹਾਂਗੇ। ਅਸਲ 'ਚ ਜਿਹੜੀ ਮੇਨ ਗੱਲ ਹੈ ਜਿਹੜੀ ਤੇ ਆਪਾਂ ਹੁਣ ਆਏ ਆਂਗੇ ਮੇਨ ਗੱਲ ਜਿਹੜੇ ਫਿਕਸਡ ਅਮਾਉਂਟ ਆ 19000 ਕਰੋੜ ਦੇ ਨੇੜੇ ਬਣਦੀ ਹੈਗੀ ਹੁਣ ਤੱਕ ਦੀ ਜਿਹੜਾ ਇਹਨਾਂ ਨਾਲ ਹੋਇਆ ਉਹ ਚੋ 6000 ਕਰੋੜ ਰੁਪਿਆ ਵਾਧੂ ਗਿਆ ਤਿੰਨ ਪੰਜਾਬ ਦੇ ਅੰਦਰ ਲੱਗੇ ਪਾਵਰ ਪਲਾਂਟ ਜਿਹੜੇ ਪ੍ਰਾਈਵੇਟ ਨੇ ਜਿਵੇਂ ਜੀਵੀਕੇ ਕੰਪਨੀਆਂ ਹੋਰ ਕਈ ਕੰਪਨੀਆਂ ਰਾਜਪੁਰਾ ਤਲਵੰਡੀ ਤੇ ਗੋਇੰਦਵਾਲ ਔਰ ਇਹਨਾਂ ਦੇ ਯੂਨਿਟ ਵੀ ਨਹੀਂ ਚੱਲਦੇ ਸਭ ਤੋਂ ਵੱਡੀ ਗੱਲ ਤਾਂ ਹੈ ਕਿ ਹਰਿਆਣੇ ਦੇ ਅੰਦਰ ਇੱਕੋ ਹੀ ਪ੍ਰਾਈਵੇਟ ਪਾਵਰ ਪਲਾਂਟ ਆ ਸਾਡੇ ਪੰਜਾਬ 'ਚ ਅਸੀਂ ਜਿਹੜਾ ਸਰਕਾਰੀ ਸੈਕਟਰ ਆ ਜਿਹੜਾ ਜਨਤਕ ਸੈਕਟਰ ਆ ਉਹ ਖਤਮ ਕਰਤਾ ਉਹ ਪਹਿਲਾਂ ਕੀ ਆ ਬਾਦਲ ਸਰਕਾਰ ਸੀ ਕੈਪਟਨ ਸਰਕਾਰ ਨੇ ਆਉਣ ਤੋਂ ਪਹਿਲਾਂ ਕਿਹਾ ਕੈਪਟਨ ਹੋਰਾਂ ਨੇ ਜਾਂ ਜਾਖੜ ਹੋਰਾਂ ਨੇ ਕਿ ਅਸੀਂ ਇਹ ਪਾਵਰ ਐਗਰੀਮੈਂਟ ਰਿਵਿਊ ਕਰਾਂਗੇ ਪੰਜਾਬ ਦੇ ਲੋਕਾਂ ਤੇ ਬਹੁਤ ਵੱਡਾ ਬੋਝ ਆ ਉਹ ਅੱਜ ਤੱਕ ਰਿਵਿਊ ਨਹੀਂ ਹੋਇਆ ਕਿਉਂਕਿ ਵੱਡਾ ਵੱਡਾ ਕਾਰਪੋਰੇਟ ਸ਼ਾਮਲ ਹੈ ਅਫਸਰ ਉਹਦੇ ਨਾਲ ਸੈੱਟ ਨੇ ਮੰਤਰੀ ਸੈੱਟ ਨੇ ਸਰਕਾਰ ਸੈੱਟ ਆ ਜੇ ਕਹਿਣਾ ਹੋਵੇ ਇਹ ਬਹੁਤ ਵੱਡਾ ਰੌਲਾ ਸੀ ਇਹ ਬਹੁਤ ਵੱਡਾ ਰੌਲਾ ਰਿਹਾ ਕਿ ਪਾਵਰ ਪਰਚੇਸ ਐਗਰੀਮੈਂਟ ਜਿਹੜੇ ਅਕਾਲੀ ਦਲ ਦੀ ਸਰਕਾਰ ਦੇ ਟਾਈਮ ਸਾਈਨ ਹੋਏ ਨੇ ਅਸੀਂ ਇਹਨਾਂ ਨੂੰ ਰੱਦ ਕਰਾਂਗੇ ਕਾਂਗਰਸ ਦੀਆਂ ਬਹੁਤ ਸਾਰੀਆਂ ਪ੍ਰੈਸ ਕਾਨਫਰੰਸਾਂ ਸੁਨੀਲ ਜਾਖੜ ਤੇ ਹੋਰ ਬਹੁਤ ਸਾਰੇ ਲੋਕਾਂ ਨੇ ਜਿਨ੍ਹਾਂ ਨੂੰ ਮੈਂ ਖੁਦ ਕਵਰ ਕਰਦਾ ਰਿਹਾ ਕਹਿੰਦੇ ਰਹੇ ਨੇ ਇਹ ਗੱਲ ਪਰ ਸਰਕਾਰ ਆਈ ਸਰਕਾਰ ਤੇ ਜਾਣ ਵਾਲੀ ਵੀ ਹੋਗੀ ਮਤਲਬ ਪੂਰਾ ਹੋ ਗਿਆ ਸਰਕਾਰ ਦਾ ਕਾਰਜਕਾਲ ਅਗਰ ਕਿਹਨੂੰ ਆਉਣਾ ਪਤਾ ਨਹੀਂ ਤੇ ਅਜੇ ਤੱਕ ਇਸ ਗੱਲ ਦੇ ਉੱਤੇ ਕੋਈ ਗੱਲ ਨਹੀਂ ਕੀਤੀ ਹੁਣ ਕਾਂਗਰਸੀ ਵੀ ਸਵਾਲ ਪੁੱਛ ਰਹੇ ਨੇ ਕਾਂਗਰਸ ਦੇ 10 ਸਵਾਲ ਅਕਾਲੀਆਂ ਦੇ ਇਹਨੇ ਸਵਾਲ ਪਰ ਮੇਜਰ ਗੱਲ ਇਹ ਹੈ ਕਿ ਪੰਜਾਬ ਦੇ ਅੰਦਰ ਇਹ ਨਹੀਂ ਕਿ ਪ੍ਰਾਈਵੇਟ ਸੈਕਟਰ ਨਾ ਆਵੇ ਮੈਂ ਅਕਸਰ ਕਹਿੰਦਾਗਾ ਕਿਸੇ ਵੀ ਖੇਤਰ ਚ ਆ ਸਕਦਾ ਲੋਕਤੰਤਰ ਦੇ ਅੰਦਰ ਪ੍ਰਾਈਵੇਟ ਸੈਕਟਰ ਆਉਂਦਾਗਾ ਪਰ ਇਹ ਵੀ ਨਾ ਹੋਵੇ ਕਿ ਇਕੱਲਾ ਪ੍ਰਾਈਵੇਟ ਸੈਕਟਰ ਹੀ ਆ ਕੇ ਐਕਸਪਲੋਇਟ ਕਰਨ ਲੱਗ ਜੇ ਉਹਦੇ ਕੋਈ ਰੈਗੂਲੇਟਰੀ ਕਮਿਸ਼ਨ ਹੋਣਾ ਚਾਹੀਦਾ ਕਿ ਰੈਗੂਲੇਟ ਕਰੇ ਉਹਨੂੰ ਪ੍ਰਾਈਵੇਟ ਸੈਕਟਰ ਨੇ ਜਿਹੜੇ ਇਹਨਾਂ ਨਾਲ ਸਮਝੌਤੇ ਹੋਏ ਨੇ ਪਾਵਰ ਪਰਚੇਸ ਐਗਰੀਮੈਂਟ 'ਚ ਉਹਦੇ 'ਚ ਕੋਈ ਜੁਰਮਾਨਾ ਨਹੀਂ ਲੱਗ ਸਕਦਾ ਉਹਨਾਂ ਤੇ ਯਾਨੀ ਹੁਣ ਝੋਨੇ ਦੇ ਸੀਜ਼ਨ 'ਚ ਕਿੰਨੀ ਲਾਤਾਰੀ ਆ ਬਿਜਲੀ ਦੀ ਪ੍ਰਾਈਵੇਟ ਵਾਲੇ ਦੇਣ ਨਾ ਦੇਣ ਉਹਨਾਂ ਦੀ ਮਰਜ਼ੀ ਹੈ ਪ੍ਰਾਈਵੇਟ ਵਾਲੇ ਦੇਣ ਜਾਂ ਨਾ ਦੇਣ ਉਹਨਾਂ ਦੀ ਮਰਜ਼ੀ ਹੈਗੀ ਇਸ ਕਰਕੇ ਜਿਹੜੇ ਪਾਵਰ ਪਰਚੇਸ ਐਗਰੀਮੈਂਟ ਹੋਏ ਨੇ ਜਿਹੜੇ ਪ੍ਰਾਈਵੇਟ 플레이ਰ ਪੰਜਾਬ ਦੇ ਅੰਦਰ ਆਏ ਆ ਉਹਨਾਂ ਨੇ ਬਹੁਤ ਵੱਡਾ ਨੁਕਸਾਨ ਕੀਤਾ ਪੰਜਾਬ ਦਾ ਇਸ ਸਿੰਗਲ ਤੋਂ ਉਹਨਾਂ ਦੇ ਉੱਤੇ ਕੋਈ ਡੰਡਾ ਹੀ ਨਹੀਂ ਹੈਗਾ ਸਰਕਾਰ ਦਾ ਉਹਨਾਂ ਨਾਲ ਐਗਰੀਮੈਂਟ ਇਸ ਤਰ੍ਹਾਂ ਦੇ ਹੋਏ ਨੇ 6000 ਕਰੋੜ ਰੁਪਇਆ ਯਾਨੀ ਉਹ ਚਲਾ ਰਹੇ ਨੇ ਯੂਨਿਟ ਉਹ ਦੇਣ ਨਾ ਦੇਣ ਯੂਨਿਟ ਖੜੇ ਰਹਿਣ ਸਰਕਾਰ ਨੇ 6000 ਕਰੋੜ ਤਾਂ ਉਹ ਚਲਾ ਗਿਆ 19000 ਚੋਂ 6000 ਕਰੋੜ ਤਾਂ ਵਾਧੂ ਹੀ ਚਲਾ ਗਿਆ 19000 ਕਰੋੜ ਰੁਪਇਆ ਚਲੋ ਫਿਕਸ ਐਨੂਅਲ ਜਿਹੜੇ ਫਿਕਸ ਚਾਰਜ ਸੀਗੇ ਉਹ ਠੀਕ ਆਗਾ ਕਿ ਤੁਸੀਂ ਆ ਕੇ ਯੂਨਿਟ ਲਾਇਆ ਤੁਹਾਡੀ ਇਨਵੈਸਟਮੈਂਟ ਆ 19000 ਕਰੋੜ ਰੁਪਇਆ ਉਹ ਚੋਂ 6000 ਕਰੋੜ ਰੁਪਇਆ ਵਾਧੂ ਚਲਾ ਗਿਆ ਤੇ ਆਪਣੇ ਆਪ ਚ ਬਹੁਤ ਵੱਡਾ ਸਵਾਲ ਆ ਕਿ ਜਦੋਂ ਤੱਕ ਅਸੀਂ ਇਹ ਸਾਰੇ ਬਾਰੇ ਅੱਜ ਕੇਜਰੀਵਾਲ ਜੀ ਕਹਿੰਦੇ ਕੇਜਰੀਵਾਲ ਨੇ ਕਿਹਾ ਕਿ ਸਰਕਾਰ ਆਏਗੀ ਤਾਂ ਅਸੀਂ ਦੇਖਾਂਗੇ ਇਸ ਮਸਲੇ ਨੂੰ ਅਸੀਂ ਇਹਨੂੰ ਦੇਖਾਂਗੇ ਪਰ ਜੇ ਕੇਜਰੀਵਾਲ ਇਹ ਕਹਿਣ ਜਿਵੇਂ ਕੈਪਟਨ ਨੇ ਕਿਹਾ ਸੀ ਦੇਖਾਂਗੇ ਕਰਦਾ ਕੌਣਾ ਸਰਕਾਰ ਉਹਨਾਂ ਨੇ ਵੀ ਕਿਹਾ ਸੀ ਮੈਨੀਫੈਸਟੋ ਚ ਵੀ ਆ ਉਹਨਾਂ ਦੇ ਉਹਨਾਂ ਨੇ ਕਿਹਾ ਸੀ ਅਸੀਂ ਇਹ ਕਰਾਂਗੇ ਉਹਨਾਂ ਨੇ ਨਹੀਂ ਕੀਤਾ ਕਾਂਗਰਸ ਨੇ ਇਹ ਗੱਲ ਠੋਕ ਵਜਾ ਕੇ ਕਹੀ ਸੀ ਪਰ ਨਹੀਂ ਕੀਤੀ ਔਰ ਜਾਖੜ ਹੋ ਰਹੀ ਹੋਰ ਸਾਰੇ ਕਾਂਗਰਸੀ ਹੀ ਰੋਲਾ ਪਾਉਂਦੇ ਰਹੇ ਤੇ ਇਹ ਮਸਲੇ ਸੁਪਰੀਮ ਕੋਰਟ ਤੱਕ ਗਏ ਬਹੁਤ ਸਾਰੀਆਂ ਚ ਕਾਨੂੰਨੀ ਉਲਝਣਾਂ ਵੀ ਹੋਣਗੀਆਂ ਐਗਰੀਮੈਂਟ ਜਦੋਂ ਸਾਈਨ ਹੋ ਜਾਂਦਾ ਉਹਨੂੰ ਤੋੜਨਾ ਔਖਾ ਹੁੰਦਾ ਹੈਗਾ ਇਸ ਕਰਕੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਪਰ ਜਦੋਂ ਸਰਕਾਰ ਹੋਵੇ ਸਰਕਾਰ ਤਾਂ ਸਭ ਕੁਝ ਆ ਨਾ ਸਰਕਾਰ ਤਾਂ ਵਿਧਾਨ ਸਭਾ ਚ ਬੁਲਾ ਕੇ ਕੁਝ ਕਰ ਸਕਦੇ ਹੋ ਤਾਂ ਸਰਕਾਰੀ ਹੈ ਕੋਈ ਪ੍ਰਾਈਵੇਟ ਕੰਪਨੀ ਆ ਤਾਂ ਸਰਕਾਰ ਹੈ ਸਰਕਾਰ ਤਾਂ ਕੁਝ ਵੀ ਕਰ ਸਕਦੀ ਹੈ ਤਾਂ ਜੇ ਅਜੋ ਪਾਵਰ ਪਰਚੇਸ ਐਗਰੀਮੈਂਟ ਦੀ ਮੈਨੂੰ ਲੱਗਦਾ ਗੱਲ ਕਰਦੇ ਅਰਵਿੰਦ ਕੇਜਰੀਵਾਲ ਤਾਂ ਜ਼ਿਆਦਾ ਬਿਹਤਰ ਹੁੰਦਾ ਕਿਉਂਕਿ ਪਾਵਰ ਪਰਚੇਸ ਐਗਰੀਮੈਂਟ ਦੇ ਨਾਲ ਪੂਰੀ ਗੇਮ ਬਦਲ ਜਾਏਗੀ ਪੂਰੀ ਤਸਵੀਰ ਬਦਲ ਜਾਏਗੀ ਬਿਜਲੀ ਸਸਤੀ ਵੀ ਹੋਏਗੀ ਯਾਨੀ ਬਿਜਲੀ ਦੇ ਸਮਝੌਤੇ ਜਿਹੜੇ ਜਿਹੜਾ ਸਿੱਥੇ ਪਲਾਂਟ ਲੱਗੇ ਨੇ ਉਹਨਾਂ ਦਾ ਲੋਕਾਂ ਨੂੰ ਫਾਇਦਾ ਵੀ ਹੋਏਗਾ ਉਹ ਇੱਕ ਤਰ੍ਹਾਂ ਦੇ ਪ੍ਰੋ ਪੀਪਲ ਹੋਣਗੇ ਯਾਨੀ ਲੋਕ ਪੱਖੀ ਲੋਕ ਪੱਖੀ ਹੋ ਜਾਣਗੇ ਉਹ ਲੋਕਾਂ ਦੇ ਮਤਾਬਕ ਹੋਣਗੇ ਹੁਣ ਉਹ ਆਪਣੇ ਮਤਾਬਕ ਚੱਲਦੇ ਨੇ ਉਹਨਾਂ ਨੂੰ ਕੋਈ ਜੁਰਮਾਨਾ ਨਹੀਂ ਲਾ ਸਕਦਾ ਤੇ ਇਹ ਇਹ ਸਭ ਤੋਂ ਵੱਡਾ ਪੰਗਾਗਾ ਜਿਹੜੇ ਪਾਵਰ ਪਰਚੇਜ਼ ਐਗਰੀਮੈਂਟ 2007-08 ਚ ਮਿਲਦਾ ਇਹ ਹੁੰਦੇ ਨੇ 13-14 ਚ ਆ ਕੇ ਪਲਾਂਟ ਲੱਗਦੇ ਨੇ ਉਦੋਂ ਤੇ ਇਹ ਲਾਗੂ ਹੁੰਦੇ ਨੇ ਜਿਹੜਾ ਅਮਾਉਂਟ ਆ 19000 ਕਰੋੜ 6000 ਕਰੋੜ ਛੋਟੀ ਅਮਾਉਂਟ ਆ ਵਾਧੂ ਗਿਆ ਹੋਇਆ ਉਹਨਾਂ ਨੂੰ 6000 ਕਰੋੜ ਰੁਪਈ ਕਹਿੰਦੇ ਚਿੱਟਾ ਹਾਥੀ ਬਨ ਲਿਆ ਇਹ ਜਿਹੜੇ ਥਰਮਲ ਪਲਾਂਟ ਨੇ ਇਹ ਚਿੱਟੇ ਹਾਥੀ ਨੇ ਇਹ ਚਿੱਟੇ ਹਾਥੀਆਂ ਨੂੰ ਬਨ ਕੇ ਪੰਜਾਬ ਨੇ ਚਿੱਟੇ ਹਾਥੀ ਬਨ ਲੇ ਤੈਨ ਤੇ ਨੁਕਸਾਨ ਵੀ ਕਰਾ ਲਿਆ ਯਾਨੀ ਜਿਵੇਂ ਕੋਈ ਕਿਸੇ ਨੂੰ ਰੱਖ ਲੇ ਜਵਾਬ ਦੇ ਉੱਤੇ ਉਹ ਕਹੇ ਕਿ ਹਾਂਜੀ ਮੈਂ ਤਾਂ ਇੱਕ ਐਗਰੀਮੈਂਟ ਕਰ ਲਓ ਕਿ ਮੈਂ ਤਾਂ ਆਪਦੇ ਮੁਤਾਬਕ ਕੰਮ ਕਰੂੰਗਾ ਤਿੰਨ ਬੰਦੇ ਤੁਸੀਂ ਰੱਖਿਓ ਤਿੰਨੇ ਐਂਡ ਤੇ ਤੁਹਾਨੂੰ ਲੋਡ ਹੋਵੇ ਜਦੋਂ ਪੀਕ ਆਵਰ ਨੇ ਹੁਣ ਇਸ ਟਾਈਮ ਪੀਕ ਹੈ ਬਿਜਲੀ ਦੀ ਲੋਡ ਆ ਉਦੋਂ ਕਹਿਣਗੇ ਇਸ ਦਾ ਕੰਮ ਨਹੀਂ ਕਰ ਸਕਦੇ ਫਿਰ ਤੁਹਾਡਾ ਉਹਨਾਂ ਨੂੰ ਰੱਖਣ ਦਾ ਕੀ ਫਾਇਦਾ ਹੋਇਆ ਜਦੋਂ ਕੰਮ ਦੀ ਲੋਡ ਆ ਜੋ ਕੰਮ ਨਹੀਂ ਕਰ ਰਹੇ ਤਾਂ ਫਿਰ ਉਹਨਾਂ ਨੂੰ ਤੁਸੀਂ ਨੌਕਰੀ ਤੇ ਕਿਉਂ ਰੱਖਿਆਗਾ ਇਸੇ ਤਰ੍ਹਾਂ ਇਹ ਪਾਵਰ ਪਲਾਂਟ ਨੇ ਜਦੋਂ ਪੰਜਾਬ ਨੂੰ ਬਿਜਲੀ ਦੀ ਲੋੜ ਐ ਜਦੋਂ ਬਿਜਲੀ ਦੀ ਲੋੜ ਪੂਰੀ ਨਹੀਂ ਹੋ ਰਹੀ ਤਾਂ ਉਹਨਾਂ ਨੂੰ ਕਿਉਂ ਤੁਸੀਂ ਫਿਰ ਰੱਖਿਆ ਹੋਇਆਗਾ ਕਿਉਂ ਤੁਸੀਂ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਬਹੁਤ ਸਾਰੀਆਂ ਤਾਕਤਾਂ ਹੁੰਦੀਆਂ ਨੇ ਵਿਧਾਨ ਪਾਲਿਕਾ ਕੋਲ ਸਭ ਤੋਂ ਵੱਡੀਆਂ ਤਾਕਤਾਂ ਹੁੰਦੀਆਂ ਨੇ ਵਿਧਾਨ ਪਾਲਿਕਾ ਕੁਝ ਵੀ ਕਰ ਸਕਦੀ ਐ ਤੇ ਵਿਧਾਨ ਪਾਲਿਕਾ ਨੇ ਕੁਝ ਕੀਤਾ ਹੀ ਨਹੀਂ ਆ ਕੈਪਟਨ ਨੇ ਕਿਹਾ ਸੀ ਵਾਈਟ ਪੇਪਰ ਲੈ ਕੇ ਆਵਾਂਗੇ ਬਹੁਤ ਸਾਰਾ ਕੁਝ ਕਹਾਂਗੇ ਪਰ ਅਜੇ ਤੱਕ ਕੁਝ ਨਹੀਂ ਹੋਇਆ ਉਸ ਚ ਯਾਨੀ ਜਿਹੜਾ ਇੱਕ ਗੱਲ ਕਮਿਟ ਜਾਂਦਾ ਕਮਿਟਟਰ ਨਾ ਕਰੋ ਕਿਹੜਾ ਕਿਸੇ ਨੇ ਕਿਹਾ ਕੇਜਰੀਵਾਲ ਅਜ 300 ਯੂਨਿਟ ਕਹਿ ਰਹੇ ਨੇ ਜੇ ਨਹੀਂ ਕਰਨਗੇ ਆ ਕੇ ਤਾਂ ਬਹੁਤ ਗਲਤ ਗੱਲ ਆ ਨਾ ਕੈਪਟਨ ਮਰਿੰਦਰ ਸਿੰਘ ਸਰਕਾਰ ਨੇ ਵਾਅਦੇ ਕੀਤੇ ਸੀ ਆਉਣ ਤੋਂ ਪਹਿਲਾਂ ਸੱਤਾ 'ਚ ਯਾਨੀ ਉਹਨਾਂ ਦੇ ਮੈਨੀਫੈਸਟੋ ਨੇ ਉਹਨਾਂ ਦੇ ਲੀਡਰਾਂ ਨੇ ਸਟੇਜ ਤੋਂ ਇਹ ਬੋਲੀਆਂ ਸੀ ਗੱਲਾਂ ਜੇ ਨਹੀਂ ਕਰਨੀਆਂ ਸੀ ਨਾ ਕਹਿੰਦੇ ਜਦੋਂ ਕਹਿਆਂ ਨੇ ਤਾਂ ਕਰੋ ਤਾਂ ਮੈਨੂੰ ਲੱਗਦਾ ਜੇ ਅਰਵਿੰਦ ਕੇਜਰੀਵਾਲ ਇਸਤੇ ਗੱਲ ਕਰਨ ਜਾਂ ਕੋਈ ਹੋਰ ਪਾਰਟੀ ਇਸਤੇ ਗੱਲ ਕਰੇ ਕਿ ਅਸੀਂ ਇਹ ਪਾਵਰ ਪਰਚੇਸ ਐਗਰੀਮੈਂਟ ਰੱਦ ਕਰਾਂਗੇ ਤਾਂ ਪੰਜਾਬ ਦੇ ਲੋਕ ਜ਼ਿਆਦਾ ਵਿਸ਼ਵਾਸ ਕਰਨਗੇ